डियर स्टूडेंट्स वेलकम टू अमृत सीनियर सेकेंडरी स्कूल क्लास सैवंथ गणित अध्याय दूसरा भिन्न और दशमलव भिन्न दशमलव एक्सरसाइज टू पॉइंट टू आज हम बेटा इसका करेंगे फर्स्ट सम नंबर फर्स्ट रेखा चित्रों में निम्नलिखित कौन दर्शाता है चित्रा हिठलिखिया कौन दर्शाता है दो गुणा एक बटा पाँच दो गुणा एक बटा दो ਇਹਦਾ ਕੀ ਮਤਲਬ ਹੈ ਤੁਹਾਨੂੰ ਦੋ ਮੈਂ ਡਾਇਗਰਾਮਾ ਦਿੱਤੀਆਂ ਕਿ ਦੋ ਮੈਂ ਵਿੱਚੋਂ ਕਿਹਦੀ ਕਿਹੜੀ ਡਾਇਗਰਾਮ ਹੈ ਆਪਾਂ ਦੇਖਾਂਗੇ ਪਹਿਲੇ ਦੇਖੋ ਇਹਦੇ ਵਿੱਚ ਕੀ ਹੈ ਇਹ ਦੋ ਹੈ ਦੋ ਬਾਕਸ ਹੈ ਨਾ 1 ਤੇ 2 ਦੋ ਬਾਕਸ ਦਿੱਤੇ ਹੋਏ ਸਾਨੂੰ ਤੇ ਉਹਦਾ ਹਾਫ ਕੀਤਾ ਹੋਇਆ ਮਤਲਬ ਅੱਧਾ ਭਾਗ ਕਲਰ ਕੀਤਾ ਮਤਲਬ ਅੱਧਾ ਭਾਗ ਫਿੱਲਿਆ ਠੀਕ ਹੈ 2 ਦਾ ਅੱਧਾ ਭਾਗ ਕੀਤਾ ਹੋਇਆ ਹੈ ਹਾਫ ਕੀਤਾ ਹੈ ਆ ਦੇਖੋ ਇਹ 2 ਲਿਖਿਆ ਹੈ 2 ਹੁੰਦੇ ਗੁਣਾ 1/2 1/2 ਦਾ ਮਤਲਬ ਅੱਧਾ ਭਾਗ ਕੀਤਾ ਹੋਇਆ 1/2 ਠੀਕ ਹੈ 2 ਦੇ ਵਿੱਚੋਂ 2 ਇਹ ਵੇਖੋ ਇਹ ਬਾਕਸ 2 ਹੈ ਇਹ ਇੱਕ ਨੰਬਰ ਬਾਕਸ ਹੈ ਦੋ ਨੰਬਰ ਬਾਕਸ ਅੱਗੇ 2 ਲਿਖਿਆ ਗੁਣਾ 1/2 1/2 ਦਾ ਮਤਲਬ ਕੀ ਹੈ ਇੱਕ ਬਾਕਸ ਨੂੰ ਅੱਧਾ ਕੀਤਾ ਗਿਆ ਹਾਫ ਪਾਰਟ ਚ ਡਿਵਾਈਡ ਕੀਤਾ ਗਿਆ 1/2 ਆ ਗਿਆ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਕੀ ਹੈ ਦੋ ਸਰਕਲ ਹੈ ਸਾਡੇ ਕੋਲ ਤੇ ਉਹਨੂੰ ਕਿੰਨੇ ਪਾਰਟਸ ਚ ਡਿਵਾਈਡ ਕੀਤਾ ਹੈ 1 2 3 4 5 ਟੋਟਲ ਕਿੰਨੇ ਹੈ 5 5 ਖਾਨੇ ਆ ਉਹਦੇ ਵਿੱਚੋਂ ਇੱਕ ਭਰਿਆ ਹੈ ਇਹ ਆਏਗਾ ਇੱਕ ਭਰਿਆ ਤੇ 5 ਟੋਟਲ ਹੈ ਠੀਕ ਹੈ ਤੇ ਬਾਕਸ ਇਹਨੇ ਸਾਡੇ ਕੋਲ ਦੋ ਮਤਲਬ ਕਿ ਇਹਦਾ ਆਨਸਰ ਆਏਗਾ ਇਹ ਵਾਲਾ ये आंसर क्या आएगा ए वाला तो मैच इट करना बस ये रिलेटिड है दो सम होमवर्क लिए लीए कि ए केगा कि आंसर है ये मैच करना है, ठीक है नैक्सट बेटा हाँ जी देखो बेटा नैक्सट है सैकेंड ए से सी तक कुछ चित्र दिए हुए हैं ਬਤਾਈਏ ان میں سے کون निम्नलिखित को दर्शाता है मतलब कि यहां नंबर ਦਿੱਤੇ ਹੋਏ ਹੈ ਤੇ ਅੱਗੇ ਉਹਦੇ ਅਕੋਰਡਿੰਗ ਉਹਦੇ ਚਿੱਤਰ ਦਿੱਤੇ ਹੋਏ ਨੇ ਤੇ ਆਪਾਂ ਦੇਖਣਾ ਹੈ ਕਿ ਕਿਹੜਾ ਚਿੱਤਰ ਬੇਟਾ ਕਿਨੂੰ ਪੇਸ਼ ਕਰਦਾ ਪਿਆ ਜੋ ਕਿਨੂੰ ਦਰਸਾਉਂਦਾ ਹੈ ਕਿ ਇਹ ਕਿਨੂੰ ਸੈਟੀਸਫਾਈ ਕਰੰਦਿਆ ਹੈ ਇਹ ਕਿਨੂੰ ਸੈਟੀਸਫਾਈ ਕਰੰਦਿਆ ਆਪਾਂ ਇਹ ਦੇਖਾਂਗੇ ਠੀਕ ਹੈ ਇਹਦੇ ਵਿੱਚ ਬੇਟਾ ਮੈਂ ਤੁਹਾਨੂੰ ਇੱਕ ਸਮ ਕਰਵਾ ਦਾਂਗੀ ਬਾਕੀ ਜਿਹੜੇ ਆ ਦੋ ਸਮ ਹੋਣਗੇ ਇਹ ਤੁਹਾਨੂੰ ਹੋਮਵਰਕ ਲਈ ਹੋਣਗੇ ਠੀਕ ਹੈ ਪੰਜਾਬੀ మీడియం ਵਾਲੇ ਬੱਚੇ ਵੀ ਦੇਖੋ ਬੇਟਾ A ਤੋਂ C ਤੱਕ ਕੁਝ ਚਿੱਤਰ ਦਿੱਤੇ ਹਨ ਦੱਸੋ ਉਹਨਾਂ ਵਿੱਚੋਂ ਕੌਣ ਇਹ ਲਿਖਿਆ ਨੂੰ ਦੱਸੋਂਦਾ ਹੈ ਮਤਲਬ ਕਿ ਮੈਂ ਤੁਹਾਨੂੰ ਫਸਟ ਸਮ ਕਰਵਾ ਦਾਂਗੀ ਦੇਖਾਂਗੀ ਕਿ ਕਿਨੂੰ ਕਿਹੜਾ ਨੰਬਰ ਸੈਟੀਸਫਾਈ ਕਰਦਾ ਪਿਆ ਠੀਕ ਹੈ ਫਸਟ ਵਾਲਾ ਮੈਂ ਕਰਵਾ ਦਾਂਗੀ ਇਹਦਾ E ਅਨਸਰ ਆਣਾ ਹੈ ਇਹਨਾਂ ਦੋਵਾਂ 'ਚ ਦੇਖਣਾ ਹੈ ਕਿ ਕਿਹੜਾ ਕਿਨੂੰ ਸੈਟੀਸਫਾਈ ਕਰੰ데요 ਠੀਕ ਹੈ ਮੈਂ ਤੁਹਾਨੂੰ ਫਸਟ ਵਾਲਾ ਕਰਵਾ ਦਿੰਦੀ ਹਾਂ ਬਾਕੀ ਦੋਵੇਂ ਜਿਹੜੇ ਆ ਵਾਲੇ ਤੇ ਇਹ ਵਾਲਾ ਇਹ ਤੁਹਾਨੂੰ ਹੋਮਵਰਕ ਲਈ ਹੈ ਤੁਸੀਂ ਖੁਦ ਟਰਾਈ ਕਰਨਾ ਹਾਂਜੀ ਬੇਟਾ ਫਸਟ ਵਾਲਾ ਸਮ ਦੇਖੋ ਕਿਵੇਂ ਕਰਨਾ ਹੈ 3 1/5 3/5 ਫਿਗਰ ਸਾਨੂੰ ਕਿੰਨੀ ਦਿੱਤੀ ਹੋਈ ਹੈ ਐ 3 ਮਤਲਬ ਕਿ 3 ਖਾਨੇ ਆ 1 2 3 ਠੀਕ ਹੈ ਦੱਸਾਂਗੀ ਉਹਨਾਂ ਨੇ ਐਮ ਨੂੰ ਕਿਵੇਂ ਕਿਹਾ ਕਿਵੇਂ ਮੈਂਸ਼ਨ ਕੀਤਾ ਉਹਦੇ ਵਿੱਚੋਂ 1/5 5 ਖਾਨੇ ਆ 1 2 3 4 5 5 ਵਿੱਚੋਂ ਇਹਦੇ ਵਿੱਚ ਵੀ ਇੱਕ ਭਰਿਆ ਇਹਦੇ ਵਿੱਚ ਵੀ ਇੱਕ ਭਰਿਆ ਇਹਦੇ ਵਿੱਚ ਵੀ ਇੱਕ ਭਰਿਆ ਠੀਕ ਹੈ ਜੇ ਹੁਣ ਬੇਟਾ ਆਪਾਂ ਇਕੱਠਾ ਸਾਰਿਆਂ ਨੂੰ ਲਿਖਣਾ ਹੋਏਗਾ 3 ਨੂੰ 1 ਨਾਲ ਗੁਣਾ ਕਰਾਇਆ 3/5 ਤੇ 3/5 ਕਿਵੇਂ ਭਰਾਂਗੇ ਇਹਦਾ ਪਹਿਲਾ ਖਾਨਾ ਭਰੰ데요 ਇਹਦਾ ਦੂਜਾ ਇਹਦਾ ਤੀਜਾ ਤਿੰਨੋਂ ਖਾਨੇ ਭਰਤੇ ਪਹਿਲਾ ਦੂਜਾ ਤੀਜਾ ਤੇ ਟੋਟਲ ਖਾਨੇ ਕਿੰਨੇ ਆ 5 ਮਤਲਬ ਕਿ 5 ਵਿੱਚੋਂ 3 ਖਾਨੇ ਫਿੱਲ ਆ 3/5 ਆ ਗਿਆ ਠੀਕ ਹੈ ਸਮਝ ਲੱਗੀ ਬੇਟਾ 3 ਨੂੰ ਗੁਣਾ ਪਹਿਲੇ ਕੀ ਗਾਇ ਬਲਕਿ 3 ਖਾਨੇ ਨੇ ਇਸ ਕਰਕੇ 3 ਨੂੰ ਗੁਣਾ ਮਲਟੀਪਲਾਈ 1/5 1/5 ਦਾ ਮਤਲਬ ਕੀ ਹੈ ਇੱਕ ਬਾਕਸ ਹੈ ਉਹਦੇ 5 ਖਾਨੇ ਕੀਤੇ ਗਏ ਤੇ 5 ਵਿੱਚੋਂ ਇੱਕ ਭਰਿਆ ਇਹ ਵੀ ਇੱਕ ਬਾਕਸ ਹੈ ਇਹਦੇ ਵਿੱਚ ਪੰਜ 칸ਨੇ ਕੀਤੇ ਗਏ ਪੰਜ ਵਿੱਚੋਂ ਇੱਕ ਭਰਿਆ ਹੈ ਇਹਦੇ ਵਿੱਚ ਵੀ ਪੰਜ ਵਿੱਚੋਂ ਇੱਕ ਭਰਿਆ ਹੈ ਜੀ ਆਪਾਂ ਇਹਨੂੰ ਗੁਣਾ ਕਰਾਵਾਂਗੇ 3 5 ਆ ਜਾਏਗਾ 3 5 ਕਿੰਨੂੰ ਕਿਵੇਂ ਲਿਖਾਂਗੇ ਆਪਾਂ ਇਹਦਾ ਇੱਕ 칸 ਇਹਦਾ ਦੂਜਾ ਇੱਕ ਤਿੰਨ ਇਹਨੂੰ ਇਕੱਠਾ ਕਰਕੇ ਲਿਖ ਦੇਣਾ ਕਿ ਪੰਜ 칸ਨੇ ਬਣਾਏ ਉਹਦੇ ਵਿੱਚੋਂ ਆਪਾਂ ਤਿੰਨ 칸ਨੇ ਭਰਤੇ ਤੇ ਕਿੰਨੇ ਬਾਕੀ 3 5 ਆ ਗਿਆ ਠੀਕ ਹੈ ਅੱਗੇ ਦੇਖੋ ਬੇਟਾ ਗੁਣਾ ਕਰਕੇ ਨਿਯਮਤਮ ਰੂਪ ਔਰ ਮਿਸ਼ਰਤ ਵਿਨ ਵਿਅਕਤ ਕੀਜੀਏ ਮਿਲ ਕੇ ਗੁਣਾ ਕਰਨਾ ਹੈ कि ਰੱਖ ਪਨੀ ਉਤਮ ਰੂਪ ਕਰਨਾ ਤੇ ਉਹਦਾ ਮਿਸ਼ਰੀਤ ਪਿੰਨ ਕਰਨਾ ਹੈ ਜਿਹੜੇ ਸਮ ਤੇ ਪਹਿਲੇ ਨਿਉਨਤਮ ਰੂਪ ਚੋਂ ਗਿਓ ਐਜ਼ ਇਟ ਇਜ਼ ਲਿਖ ਦੇਣਾ ਗੁਣਾ ਕਰਕੇ ਜੇ ਉਹਦਾ ਨਹੀਂ ਹੋਊਗਾ ਗੁਣਾ ਕਰਕੇ ਨਹੀਂ ਆਏਗਾ ਨਿਉਨਤਮ ਰੂਪ ਤੇ ਫਿਰ ਕਟਿੰਗ ਕਰਨੀ ਪੈਗੀ ਉਹ ਮੈਂ ਤੁਹਾਨੂੰ ਇਹਦੇ ਰਿਲੇਟਡ ਮੈਂ ਦੋ ਸਮ ਕਰਵਾ ਦਾਂਗੀ ਇੱਕ ਮੈਂ ਤੁਹਾਨੂੰ ਫਰਸਟ ਵਾਲਾ ਸਮ ਕਰਵਾਉਣ ਲੱਗੀ ਹਾਂ ਇੱਕ ਮੈਂ ਤੁਹਾਨੂੰ 8th ਵਾਲਾ ਸਮ ਕਰਵਾਉਣ ਲੱਗੀ ਹਾਂ ਬਾਕੀ ਜਿਹੜੇ ਬੇਟਾ ਸਮਸ ਬਚੇ ਨੇ ਇਹ ਤੁਹਾਡੇ ਹੋਮਵਰਕ ਲਈ ਹੋਣਗੇ ਅੰਜ ਦੇਖੋ ਬੇਟਾ ਗੁਣਾ ਕਰਕੇ ਨਿਯਮਤਮ ਰੂਪ ਵਿੱਚ ਲਿਖੋ ਅਤੇ ਮਿਸ਼ਰਤ ਪਿੰਨ ਵਿੱਚ ਦਰਸਾਓ ਇਹ ਤੁਹਾਨੂੰ ਬੇਟਾ ਸੰਸਥਿਤਿਓ ਇਹਨੇ ਇਹਦੀ ਇਹ ਹੀ ਮੈਂ ਸੰਸ ਤੁਹਾਨੂੰ ਇੱਕ ਫਸਟ ਵਾਲਾ ਸੰ ਕਰਵਾ ਦਾਂਗੀ ਕਾਪੀ ਤੇ ਇੱਥੇ ਹੋਣ ਇੱਕ 8th ਵਾਲਾ ਬਾਕੀ ਜਿਹੜੇ ਸੰ ਤੁਹਾਨੂੰ ਹੋਣਗੇ ਉਹ ਤੁਹਾਨੂੰ ਹੋਮਵਰਕ ਲਈ ਹੋਣਗੇ ਉਹ ਤੁਸੀਂ ਖੁਦ ਟਰਾਈ ਕਰਨਾ ਹਾਂਜੀ ਦੇਖੋ ਬੇਟਾ 7 3/5 ਪਹਿਲੇ ਆਪਾਂ ਇਹਨੂੰ ਇਹਨਾਂ ਗੁਣਾ ਕਰਾਂਗੇ 21 ਆ ਗਿਆ ਬੇਟਾ 5 ਆ ਗਿਆ ਜੇ ਬੇਟਾ ਉੱਪਰ ਥੱਲੇ ਕਿਤੇ ਕਟਿੰਗ ਹੁੰਦੀ ਹੋਏਗੀ ਤੇ ਕਰ ਦੇਣਾ ਜੇ ਨਹੀਂ ਹੁੰਦੀ ਹੋਏਗੀ ਤੇ ਗੁਣਾ ਕਰਵਾ ਲੈਣਾ ਦੋਵੇਂ ਨੰਬਰਾਂ ਨੂੰ 7 3 ਕਿੰਨਾ ਆ ਗਿਆ 21 5 ਹੁਣ ਆਪਾਂ ਇਹਨੂੰ ਕੀ ਕਿਹਾ ਸੀ ਉਹਨੇ ਮਿਸ਼ਰਤ ਭਿੰਨ ਚ ਲਿਖਣਾ ਤੇ ਨਿਯਮਤਮ ਰੂਪ ਚ ਲਿਖਣਾ ਠੀਕ ਹੈ ਇਹਦੀ ਅੱਗੇ ਕਟਿੰਗ ਨਹੀਂ ਹੁੰਦੀ ਭਈ ਮਤਲਬ ਕਿ ਇਹ ਨਿਯਮਤਮ ਰੂਪ ਜੀ ਹੈਗਾ ਠੀਕ ਹੈ 5 21 5 12 ਆ ਗਿਆ 21 ਅੰਦਰ ਆ ਗਿਆ 5 ਦੇ ਟੇਬਲ ਤੇ 21 ਤੋਂ ਛੋਟੀ ਕਿੰਗੇੜੀ ਹੁੰਦੀ ਵੀ 5 4 20 21 ਤੋਂ 20 ਗੇ ਕਿੰਨਾ ਆ ਗਿਆ 1 ਤਾਂ ਨੂੰ ਮੈਂ ਕੀ ਕਿਹਾ ਸੀ ਇਹ ਲਾਸਟ ਵਾਲਾ ਨੰਬਰ ਬੇਟਾ ਉੱਪਰ ਆ ਜਾਂਦਾ ਥੋੜਾ ਥੱਲੇ ਉਹ ਥੱਲੇ ਰਹਿੰਦਾ ਤੇ 4 ਜਿਹੜਾ ਅਨਸਰ ਹੁੰਦਾ ਸਾਡਾ ਅੱਗੇ ਆ ਜਾਂਦਾ 4 1/5 ਇਹ ਕਿ ਹੋ ਗਿਆ ਸਾਡਾ ਮਿਸ਼ਰਤ ਪਿੰਨ ਨਿਊਨਤਮ ਰੂਪ ਚ ਬੇਟਾ ਉਹਨਾਂ ਨੇ ਉਹ ਕੀ ਕਿਹਾ ਸੀ ਨਿਊਨਤਮ ਰੂਪ ਚ ਆਪਾਂ ਦੇਖਦੇ ਹਾਂ ਕਿ ਜੇ ਕੋਈ ਅੱਗੇ ਕਟਿੰਗ ਨਹੀਂ ਹੋਣ ਜੀ ਤੇ ਉਹ ਨਿਊਨਤਮ ਰੂਪ ਜੀ ਹੈ ਪੰਜਾਬੀ ਵਿੱਚ ਵੀ ਬੇਟਾ ਲਿਖ ਲੈਣਾ ਨਿਊਨਤਮ ਰੂਪ ਠੀਕ ਹੈ ਅੱਗੇ ਆ ਗਿਆ ਸਾਡੇ ਕੋਲ ਨੈਕਸਮ 2 4/5 ਕਟਿੰਗ ਕਰ ਦੋ 51 554 20 ਠੀਕ ਹੈ ਇਹਦਾ ਨਿਯਮਤਮ ਰੂਪ ਕੀ ਆ ਗਿਆ 16 ਨਿਯਮਤਮ ਰੂਪ ਕੀ ਆ ਗਿਆ 16 ਇਹ ਬੇਟਾ ਭਟੇ ਦੇ ਨਹੀਂ ਆ ওভার ਚ ਨਹੀਂ ਆਇਸ ਕਰਕੇ ਆਪਾਂ ਇਹਨੂੰ ਮਿਸ਼ਰਤ ਪਿੰਨ ਵਿੱਚ ਨਹੀਂ ਲਿਖ ਸਕਦੇ ਠੀਕ ਹੈ ਜੇ ਆ ওভার ਚ ਹੁੰਦਾ ਤੇ ਫਿਰ ਆਪਾਂ ਮਿਸ਼ਰਤ ਪਿੰਨ ਚ ਨੂੰ ਲਿਖ ਦੇਣਾ ਸੀ ਠੀਕ ਹੈ ਇਹਦਾ ਮਿਸ਼ਰਤ ਪਿੰਨ ਵੀ 16 ਹੀ ਆਣਾ ਨਿਯਮਤਮ ਰੂਪ ਕੀ ਆਏਗਾ 16 ਨੈਕਸਟ ਦੇਖੋ ਬੇਟਾ ছায়ਾਂਕਿਤ ਕੀਜੀਏ ਕਿ ਇਹ ਬਾਕਸ ਸਾਨੂੰ ਦਿੱਤੇ ਹੋਏ ਆ ਤੇ ਕਿਹੜੇ-ਕਿਹੜੇ ਪਾਰਟਸ ਦਿੱਗੇ ਆ ਬਾਕਸ A ਕਿ বৃত্তੋ ਦਾ 1/2 ਕਰੇ ਬਾਕਸ B ਕਿ ਤ੍ਰਿਭੁਜੋ ਦਾ 2/3 ਕਰੇ ਬਾਕਸ C ਕਿ ਵਰਗੋ ਦਾ 3/5 ਕਰੇ ਦੇਖੋ ছায়ਾ ਅੰਕਿਤ ਕਰੋ ਬੇਟਾ ਬਾਕਸ A ਦੀ ਚੱਕਰਾਂ ਵਿੱਚ 1/2 ਭਾਗ ਕਰੋ ਬਾਕਸ B ਦੇ ਤ੍ਰਿਭੁਜਾ ਦਾ 2/3 ਕਰੋ ਤੇ ਬਾਕਸ C ਦੇ ਵਰਗਾ ਦਾ 3/5 ਕਰੋ ਦੋ ਸਮ ਕਰਵਾ ਦਾਂਗੀ ਇੱਕ ਸਮ ਤੁਹਾਨੂੰ ਹੋਮਵਰਕ ਲਈ ਹੋਏਗਾ ਤੁਸੀਂ ਖੁਦ ਟਰਾਈ ਕਰਨਾ ਠੀਕ ਹੈ ਬਾਕਸ A ਦਾ 1/2 ਕਰੋ ਬਾਕਸ ਇਹਦਾ 1/2 ਕਿੰਨਾ ਮਿਲਦਾ ਮੈਨੂੰ ਹਾਫ ਅੱਧਾ ਠੀਕ ਹੈ 1/2 ਕਿ ਹੋ ਗਿਆ ਬੇਟਾ ਅੱਧਾ ਇਹਦੇ ਵਿੱਚ ਟੋਟਲ ਕਿੰਨੇ ਬਾਕਸ ਹੈਗੇ ਨੇ ਚਾਰ ਇੱਕ ਮਤਲਬ ਕਿ ਚਾਰ ਲਾਈਨ ਜਿਹੀਆਂ ਨਾ 1 2 3 ਤੇ 4 ਚਾਰ ਲਾਈਨ ਜਿਹੀਆਂ 1/2 ਕਰਨਾ ਮਤਲਬ ਕਿ ਉਹਦਾ ਅੱਧੇ ਅੱਧੇ ਜਿਹੜੇ ਬਾਕਸ ਹੈਗੇ ਅੱਧੇ ਸਰਕਲ ਜਿਹੜੇ ਉਹ ਭਰ ਦੋ ਤੇ ਬਾਕੀ ਅੱਧੇ ਖਾਲੀ ਛੱਡ ਦਿਓ ਠੀਕ ਹੈ ਤੁਹਾਡੀ ਬੁੱਕ 'ਚ ਬੇਟਾ ਇਹ ਸਰਕਲ ਸਿਰਫ ਇਦਾਂ ਹੀ ਬਣੇ ਹੋਣਗੇ ਜਿਵੇਂ ਆਵਾਂ ਤੁਸੀਂ ਇਹਦੇ ਵਿੱਚ ਇਦਾਂ ਕਲਰ ਕਰ ਦੇਣੇ ਮਤਲਬ ਕਿ ਕਾਪੀ 'ਚ ਇਦਾਂ ਕਲਰ ਕਰਕੇ ਲਿਖ ਲੈਣੇ ਤੇ ਇਹ ਵਾਲੇ ਬਾਕਸ ਨੂੰ ਇਦਾਂ ਖਾਲੀ ਛੱਡ ਜਾ ਦੇਣਾ ਕਿ ਆਇਗਾ ਬਾਕਸ A ਦੇ ਚੱਕਰਾ ਦਾ 1/2 ਭਾਗ ਠੀਕ ਹੈ ਨੈਕਸਟ ਆ ਗਿਆ ਸਾਡੇ ਕੋਲ ਬਾਕਸ B ਦੇ ਤ੍ਰਿਭੁਜਾ ਦਾ 2/3 2/3 ਮਤਲਬ ਕਿ ਤਿੰਨ ਲਾਈਨਾਂ ਹਨ ਤੁਹਾਨੂੰ 1 2 3 ਉਹਦੇ 'ਚ 2/3 ਦੋ ਲਾਈਨਸ ਫਿਲ ਕਰ ਦਿਓ ਦੋ ਲਾਈਨਾਂ ਭਰਤੀਆਂ ਆਪਾਂ ਇੱਕ ਖਾਲੀ ਛੱਡਤੀ ਠੀਕ ਹੈ 2/3 ਕੀ ਐਸੀ ਇਹ 2/3 ਹੋ ਗਿਆ ਠੀਕ ਹੈ ਇਸ ਤੋਂ ਬਾਅਦ ਬੇਟਾ ਜਿਹੜਾ ਤੁਹਾਡੇ ਕੋਲ ਹੈਗਾ ਨਾ ਬਾਕਸ ਦੀ ਵਰਗਾ ਦਾ 3/5 ਕਰੋ ਉਹ ਤੁਸੀਂ ਖੁਦ ਟਰਾਈ ਕਰਨਾ ਇਹ ਵaile ਹੈਗੇ ਨੇ 3/5 ਕਰਨਾ ਹੈ ਇਹ ਤੁਸੀਂ ਖੁਦ ਟਰਾਈ ਕਰਨਾ ਬੇਟਾ ਇਹਦਾ ਹੈਂਟ ਲਾ ਲੋ ਕਿੱਦਾਂ ਕਰਨਾ ਹੈ ਬਾਕਸ ਦੀ ਵਰਗਾ ਦਾ 3/5 ਕੀ ਹੈ ਨਾ ਬੇਟਾ ਔਰ ਕਿੰਨੀਆਂ ਲਾਈਨਸ ਹੈਗੀਆਂ ਇੱਕ ਲਾਈਨ ਦੋ ਲਾਈਨ ਤਿੰਨ ਚਾਰ ਪੰਜ ਮਤਲਬ ਕਿ ਇਦਾਂ ਦੇਖੋ ਇੱਕ ਲਾਈਨ ਇਹ ਦੋ ਲਾਈਨਸ ਆ ਤਿੰਨ ਤੇ ਚਾਰ ਤੇ ਪੰਜ ਇਨਯੋਗ 1 2 3 4 5 ਹੁਣ ਇਹਦੇ ਵਿੱਚੋਂ ਤਿੰਨ ਲਾਈਨਾਂ ਭਰ ਦੇਣੀਆਂ ਇੱਥੇ ਦੋ ਲਾਈਨਾਂ ਖਾਲੀ ਛੱਡ ਦੇਣੀਆਂ 3/5 ਆ ਜਾਏਗਾ